बार बच मंदे को और बात तेरा आपकी बात बच मंदे को Sahi Rumbaksham, Ilhi Mani Adhima
ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਐਸ ਵਾਈ ਐਲ ਕਪੂਰੀ ਦੇ ਮੋਰਚੇ ਤੋਂ, ਧਰਮ ਯੁੱਧ ਮੋਰਚੇ ਤੋਂ ਲੈ ਕੇ ਜੇਲ੍ਹਾਂ ਕੱਟੀਆਂ ਔਰ ਆਪਣੀ ਜ਼ਿੰਦਗੀ ਦਾ ਹਰ ਪਲ ਜਿਹੜਾ ਸੀ ਕੌਮ ਦੀ, ਸਮਾਜ ਦੀ ਅਤੇ ਪੰਜਾਬ ਦੀ ਸੇਵਾ ਦੇ ਵਿੱਚ, ਅਕਾਲੀ ਦਲ ਦੀ ਪਾਰਟੀ ਦੀ ਸੇਵਾ ਦੇ ਵਿੱਚ ਜੋੜਿਆ। ਜ਼ਿਆਦਾ ਹੋ ਗਿਆ ਸੇਵਾ, ਥੋੜੀ ਮੰਗਣ ਬਹੁਤ ਆ, ਕਈ ਵਾਰ ਸੇਵਾ ਬਿਲਕੁਲ ਹੀ ਨਹੀਂ ਹੁੰਦੀ, ਭਾਵੇਂ ਬਹੁਤ ਕੁਛ ਆਪਾਂ ਮੰਗਦੇ ਹਾਂ। ਪਰ ਸਰਦਾਰ ਸਿੰਘ ਹੋਰ ਇੰਨੇ ਲੰਬੇ ਸਫ਼ਰ ਵਿੱਚ ਸੋਭੇ ਅਕਾਲੀਆਂ ਤੋਂ ਮੰਗਿਆ ਕੁਝ ਨਹੀਂ। ਅੱਜ ਆਪਾਂ ਸਾਰੇ ਹੀ ਜਿੰਨੇ ਵੀ ਸਾਖ ਸੰਬੰਧੀ ਰਿਸ਼ਤੇਦਾਰ, ਜ਼ਿਲ੍ਹਾ ਪਟਿਆਲਾ ਦੀ ਲੀਡਰਸ਼ਿਪ, ਵੱਖ ਵੱਖ ਪਾਰਟੀਆਂ ਤੋਂ ਸਾਡੇ ਪਿਤਾ ਜੀ ਜਿਨ੍ਹਾਂ ਨੇ ਕਿ ਪੰਜਾਬ ਦੀ ਪੂਰੀ ਸੇਵਾ ਕੀਤੀ ਹੈ, ਸੋ ਇੱਕ ਬੇਨਤੀ ਜ਼ਰੂਰ ਹੈ ਕਿ ਆਪਾਂ ਨੂੰ ਆਪਣੇ ਭਾਈਚਾਰੇ ਨੂੰ ਅਤੇ ਸਾਰੀ ਹੀ ਸੰਗਤ ਨੂੰ ਆਪਣੀ ਸੱਚੀ ਸ਼ਰਧਾਂਜਲੀ ਇਹੀ ਆ। ਸਭ ਨੂੰ ਪਤਾ ਹੈ ਕਿ ਉਹਨਾਂ ਨੇ ਕਿੰਨੀ ਆਪਣੀ ਲਗਨ ਦੇ ਨਾਲ, ਮਿਹਨਤ ਦੇ ਨਾਲ ਸਾਨੂੰ ਪਰਿਵਾਰ ਵੱਲੋਂ ਦੱਸਣ ਦੀ ਕੋਈ ਲੋੜ ਨਹੀਂ, ਸਭ ਨੂੰ ਹੀ ਪਤਾ ਹੈ ਕਿ ਤੁਸੀਂ ਪੂਰੀ ਮਿਹਨਤ ਨਾਲ, ਪੂਰੀ ਕਮਾਈ ਦੇ ਨਾਲ, ਪਾਰਟੀ ਦੇ ਵਿੱਚ, ਆਪਣੀ ਜਥੇਬੰਦੀ ਦੇ ਵਿੱਚ, ਆਪਣੇ ਭਾਈਚਾਰੇ ਦੇ ਵਿੱਚ ਤੁਸੀਂ ਮਿਹਨਤ ਨਾਲ ਚੱਲਣਾ ਹੈ, ਕਿਉਂਕਿ ਉਹਨਾਂ ਦੀ ਦੇਣ ਇਹੀ ਹੈ ਸੱਚੀ, ਜੋ ਆਪਾਂ ਵੀ ਸਾਰੀ ਸੰਗਤ ਅੱਜ ਉਹਨਾਂ ਦੇ ਭੋਗ ਦੇ ਵਿਸ਼ੇਸ਼ 'ਤੇ ਆਏ ਹਾਂ ਕਿ ਕਿਵੇਂ ਕੁੰਡੀਆਂ ਦਿਓ ਸਫ਼ਰ ਸ਼ੁਰੂ ਕਰਕੇ ਰਾਜਨੀਤਿਕ ਗਲਿਆਰਿਆਂ ਤੱਕ ਆਪਣੀ ਪੈਂਠ, ਆਪਣਾ ਮਾਣ ਅਤੇ ਆਪਣਾ ਸਤਿਕਾਰ ਜਿਵੇਂ ਉਹਨਾਂ ਨੇ ਬਣਾਇਆ, ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਆ। ਅਤੇ ਫਿਰ ਖਾਲਸਾ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਮੈਂਬਰ ਜੋ ਉਹਨਾਂ ਨੇ ਸੇਵਾਵਾਂ ਨਿਭਾਈਆਂ, ਉਹ ਵੀ ਮੈਂ ਸਮਝਦਾ ਪਰਿਵਾਰ ਲਈ ਅਤੇ ਸਾਡੇ ਸਾਰਿਆਂ ਲਈ ਬਹੁਤ ਵੱਡੇ ਮਾਣ ਦੇ ਗਰਵ ਵਾਲੀ ਗੱਲ। ਅਤੇ ਇਸ ਸਾਰੇ ਸਿਸਟਮ ਦੇ ਵਿੱਚੋਂ ਅਤੇ ਅੱਧ ਦੇ ਗਰੀਬ ਪਰਿਵਾਰਾਂ ਦੇ ਵਿੱਚੋਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣ ਜਾਣਾ ਅਤੇ ਉਸ ਨੂੰ ਨਿਰੰਤਰ ਗੁਰਮਤਿ ਦੇ ਧਾਰਨੀ ਹੋ ਕੇ ਗੁਰੂ ਦੇ ਆਸ਼ੇ ਦੇ ਅਨੁਸਾਰ ਜੀਵਨ ਬਸਰ ਕਰਨਾ, ਪਰਿਵਾਰ ਨੂੰ ਉਹਨਾਂ ਲੀਹਾਂ 'ਤੇ ਤੋਰਨਾ, ਇੱਕ ਬਹੁਤ ਵੱਡੀ ਗੁਰੂ ਦੀ ਬਖਸ਼ਿਸ਼ ਇਸ ਪਰਿਵਾਰ 'ਤੇ ਰਹੀ। ਅਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕੇਰਾ ਆਪਕੀ ਬਾਰ ਪੱਛਮ ਦੇਖੋ ਔਰਨਾ ਬਾਗ ਤੇਰਾ ਆਪਕੀ ਬਾਰ ਪੱਛਮ ਦੇਖੋ ਸਦਾ ਸਿਖ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੇ
श्री नारायण साहिब के होर गुरुद्वारे गुरु धामा
ਸੁਣਿਆ ਗਿਆ ਹੈ ਪੁਨਰ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਨਾਮ ਖਾਲਸਾ ਜੀ ਨੂੰ ਬਖਸ਼ਣ
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋਤਿ ਆਵੈ ਸੋਧਨ ਜਾਏ ਕਰਨਾ ਪੂਜਾ ਰਹਿ ਮਰਨਾ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਖ ਸੰਮਤੇ ਨੂਰ ਅਰਸ਼ਾਂ ਪੁਰਸ਼ਾਂ ਝੱਟੀਐ ਤੁਧ ਦਿਖੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੇ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਅੱਜ ਸਰਬੱਤ ਸੰਗਤ ਜੋ ਅਸੀਂ ਇੱਥੇ ਪਹੁੰਚੇ ਹੋਏ ਹਾਂ ਰਿਸ਼ਤੇਦਾਰ ਸੱਜਣ ਮਿੱਤਰ ਇਸ ਇਲਾਕੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਹਲਕਾ ਇੰਚਾਰਜ MLA ਸਾਹਿਬਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਵਿੱਚੋਂ ਬਹੁਤ ਹੀ ਉੱਚ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਮੈਂ ਸਾਰੀਆਂ ਹੀ ਸੰਗਤਾਂ ਦਾ ਪਰਿਵਾਰ ਵੱਲੋਂ ਇੱਥੇ ਆਉਣ ਦੇ ਉੱਤੇ ਧੰਨਵਾਦ ਕਰਦਾ ਹਾਂ ਪਰਿਵਾਰ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਇਸ ਦੁੱਖ ਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ
ਦੁੱਖ ਵੰਡਾਉਣ ਦੇ ਲਈ ਆਏ ਹੋ, ਦੁੱਖ ਦੇ ਵਿੱਚ ਸ਼ਰੀਕ ਹੋਏ ਹੋ। ਦੋ ਹਾਕਾਂ ਦੇ ਵਿੱਚ ਹੀ ਮੈਂ ਜਹੇਦਾਰ ਜੀ ਦੇ ਬਾਰੇ ਵਿੱਚ ਆਪ ਜੀ ਦੇ ਨਾਲ ਦੋ ਗੱਲਾਂ ਸਾਂਝੀਆਂ ਕਰਦੀਆਂ ਨੇ। ਧਰਤੀ ਦੇ ਨਾਲ ਜੁੜੇ ਹੋਏ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਉੱਠ ਕੇ ਜਹੇਦਾਰ ਜੀ ਸਾਰੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਹੋਏ ਜ਼ਿੰਦਗੀ ਦੇ ਉੱਚ ਰੁਤਬਿਆਂ ਦੇ ਉੱਤੇ ਪਹੁੰਚੇ ਨੇ। ਮੈਂ ਗੱਲ ਗੁਰਮੁਖ ਤੋਂ ਕੀਤੀ ਸੀ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉਹਨਾਂ ਨੇ ਕਿਵੇਂ ਆਪਣੇ ਜੀਵਨ ਨੂੰ ਸਵਾਰਿਆ, ਕਿਵੇਂ ਗੁਰੂ ਚਰਨਾਂ ਦੇ ਨਾਲ ਜੋੜਿਆ, ਸੇਵਾ ਦੇ ਨਾਲ ਜੋੜਿਆ। ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਐਸ ਵਾਈ ਐਲ ਕਪੂਰੀ ਦੇ ਮੋਰਚੇ ਤੋਂ, ਧਰਮ ਯੁੱਧ ਮੋਰਚੇ ਤੋਂ ਲੈ ਕੇ ਜੇਲ੍ਹਾਂ ਕੱਟੀਆਂ, ਔਰ ਆਪਣੀ ਜ਼ਿੰਦਗੀ ਦਾ ਹਰ ਪਲ ਜਿਹੜਾ ਸੀ ਕੌਮ ਦੀ, ਸਮਾਜ ਦੀ ਅਤੇ ਪੰਜਾਬ ਦੀ ਸੇਵਾ ਦੇ ਵਿੱਚ, ਅਕਾਲੀ ਦਲ ਦੀ ਪਾਰਟੀ ਦੀ ਸੇਵਾ ਦੇ ਵਿੱਚ ਜੋੜਿਆ। 95 ਦੇ ਵਿੱਚ ਜਦੋਂ ਪੰਜਾਬ ਕਾਫੀ ਘੱਲੂਘਾਰੇ ਦੇ ਵਿੱਚੋਂ ਗੁਜ਼ਰ ਰਿਹਾ ਸੀ, ਅਸੀਂ ਉਹਨਾਂ ਨੂੰ ਮਿਲੇ ਅਤੇ ਉਹਨਾਂ ਨੂੰ ਕਿਹਾ ਵੀ ਇਹ ਗਰੀਬ ਭਾਈਚਾਰਾ, ਆਪਾਂ ਇਹਦੇ ਬਾਰੇ ਵੀ ਕੁਛ ਵਿਚਾਰ ਕਰੀਏ। ਉਸ ਵੇਲੇ ਸਾਡੇ ਬਹੁਤ ਹੀ ਸਤਿਕਾਰਯੋਗ, ਰੌਸ਼ਨ ਦਿਮਾਗ, ਸਿਆਸਤ ਦੇ ਬੋਹੜ, ਮੇਰੀ ਮੁਰਾਦ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੋਂ ਹੈ, ਉਹਨਾਂ ਦੇ ਕੋਲ ਪਹੁੰਚ ਕੀਤੀ। ਬੜੇ ਪਿਆਰ ਦੇ ਨਾਲ ਉਹਨਾਂ ਨੇ ਸਾਨੂੰ ਇੱਕ ਦੇ ਨਾਲ ਲਾਇਆ ਔਰ ਕਿਹਾ ਤੁਹਾਡੇ ਅਤੇ ਸਾਡੇ ਵਿੱਚ ਕੋਈ ਵਿਚੋਲਾ ਨਹੀਂ, ਜੋ ਵੀ ਭਾਈਚਾਰੇ ਦੇ ਲਈ ਕਰਨਾ ਮੈਂ ਕਰਾਂਗਾ। ਔਰ ਅੱਜ ਬਹੁਤ ਹੀ ਵੱਡੇ ਪ੍ਰੋਗਰਾਮ ਜੋ ਸਰਕਾਰ ਦੇ ਵੱਲੋਂ ਰਹਿਤਾਂ ਇਸ ਭਾਈਚਾਰੇ ਨੂੰ, ਵਿਮੁਕਤ ਜਾਤੀਆਂ ਨੂੰ ਜਾਂ ਹੋਰ ਪਛੜੀਆਂ ਜਾਤੀਆਂ ਨੂੰ ਦਿੱਤੀਆਂ ਗਈਆਂ ਨੇ, ਉਹ ਸਮੁੱਚੀ ਜਿਹੜੀ ਹੈ ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਔਰ ਲਿਖ ਕੇ ਹੋਰ ਕਿਸੇ ਵੀ ਸਿਆਸੀ ਪਾਰਟੀ ਨੇ ਜਾਂ ਕਿਸੇ ਲੀਡਰ ਨੇ ਜੋ ਭਾਈਚਾਰੇ ਲਈ ਕੀਤਾ, ਕੋਈ ਵੀ ਕਾਨੂੰਨ ਦੇ ਦਾਇਰੇ ਵਿੱਚ ਜੋ ਚੀਜ਼ ਆਈ ਹੈ ਉਹ ਜਹੇਦਾਰ ਲਾਭ ਸਿੰਘ ਜੀ ਨੂੰ ਉਸ ਚੀਜ਼ ਦਾ ਸਿਰਾ ਜਾਂਦਾ ਹੈ। ਮੈਂ ਬਹੁਤ ਜ਼ਿਆਦਾ ਨਹੀਂ ਕਹਾਂਗਾ, ਅਗਲੀ ਜਿਹੜੀ ਵੀ ਕਾਰਵਾਈ ਹੈ ਉਹ ਸਾਡੇ ਮੈਂਬਰ SGPC ਕਰਤਾਰਪੁਰ ਸਾਹਿਬ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਪੰਜਾਬ ਦੇ ਹਰ ਕੋਨੇ ਦੇ ਵਿੱਚੋਂ, ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਕੋਈ ਜ਼ਿਲ੍ਹਾ, ਕੋਈ ਇਲਾਕਾ, ਕੋਈ ਸ਼ਹਿਰ ਨਹੀਂ ਬਚਿਆ ਜਿੱਥੋਂ ਬਾਜੀਗਰ ਭਾਈਚਾਰੇ ਦੇ ਲੋਕ ਨਹੀਂ ਪਹੁੰਚੇ। ਮੈਂ ਸਾਰਿਆਂ ਦਾ ਹੀ ਆਈਆਂ ਸੰਗਤਾਂ ਦਾ ਧੰਨਵਾਦ ਪਰਿਵਾਰ ਵੱਲੋਂ ਕਰਦਾ ਹਾਂ ਅਤੇ ਮੈਂ ਅਗਲੀ ਸਟੇਜ ਚਲਾਉਣ ਲਈ ਮੈਂ ਬੇਨਤੀ ਕਰਾਂਗਾ। ਪਰਮ ਸਤਿਕਾਰਯੋਗ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਰਦਾਰ ਦਵਿੰਦਰ ਸਿੰਘ ਜੀ ਦਿਆਲ, ਜੋ ਸਾਬਕਾ ਚੇਅਰਮੈਨ, ਤੁਹਾਨੂੰ ਸੰਬੋਧਿਤ ਹੋ ਕੇ ਗਏ। ਜਥੇਦਾਰ ਲਾਭ ਸਿੰਘ ਜੀ ਦੇਵੀ ਨਗਰ, ਬਹੁਤ ਹੀ ਵੱਡੀ ਸ਼ਖਸੀਅਤ, ਬੜੇ ਇਮਾਨਦਾਰ, ਪਾਰਟੀ ਪ੍ਰਤੀ, ਲੋਕਾਂ ਪ੍ਰਤੀ, ਇਨਸਾਨੀਅਤ ਪ੍ਰਤੀ ਹਮੇਸ਼ਾ ਰਹਿ, ਉਹਨਾਂ ਦਾ ਸਮੁੱਚਾ ਜੀਵਨ ਭਾਵਾਂ ਅਸੀਂ ਸਾਰੇ ਜਾਣਦੇ ਹਾਂ। ਮੈਂ ਹੁਣੇ ਗੱਲ ਕਰ ਰਿਹਾ ਸੀ ਉਹਨਾਂ ਦੇ ਬੇਟੇ ਸਰਦਾਰ ਰਣਧੀਰ ਸਿੰਘ, ਜੋ ਸਰਪੰਚ ਰਹੇ ਨਗਰ ਦੇ, ਅਤੇ ਜਥੇਦਾਰ ਜੀ ਆਪ ਹੀ ਲਗਾਤਾਰ 15-20 ਸਾਲ ਉਹਨਾਂ ਨੇ ਬਤੌਰ ਸਰਪੰਚ ਪਿੰਡ ਦੀ ਸੇਵਾ ਕੀਤੀ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਲੜੀ ਉਹਨਾਂ ਨੇ, ਮੈਂਬਰ ਰਹੇ ਬਣੇ। ਅਤੇ ਪੰਜਾਬ ਸਰਕਾਰ ਵੇਲੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਸਟੇਟ ਦਾ ਚੇਅਰਮੈਨ, ਪੰਜਾਬ ਬਾਜੀਗਰ ਬੋਰਡ ਅਤੇ ਟੱਪਰੀ ਵਾਸਤੇ ਵਿਮੁਕਤ ਜਾਤੀਆਂ ਦਾ ਬੋਰਡ ਸਥਾਪਿਤ ਕੀਤਾ, ਜਿਹਦੇ ਉਹ ਚੇਅਰਮੈਨ ਨਿਯੁਕਤ ਕੀਤੇ। ਇਹ ਉਹਨਾਂ ਦੀ ਸਮੁੱਚੀ ਜ਼ਿੰਦਗੀ
जो उन्होंने श्रोमणी अकाली दल से मानवता की लाई सी उहदा सिर है। अज आप सारा इलाका वख वख इलाकियां तो कट्ठे होकर सारी संगत के रूप में उन्होंने शब्द से सत्कार भेंट करने पहुंचे हैं। जथेदार जी का हाले पता नहीं कि उन्हें चले जाना, अचानक भयानक बीमारी लगी उन्होंने, दिनों के बीच ही साढ़े तो विछड़ गए, सानू विछोड़ा दे गए। उन्होंने सारा परिवार पिछले दिन लगभग 3 महीने जो उन्होंने अपनी जिंदगी के थोड़े सेहत पक्ो होके कटे, वो रणधीर सिंह, सरदार अमरिंदर सिंह, सरदार सुवन सिंह जो तहसील भलाई अफसर ने, ते साड़ी सत्कार योग माता बीबी प्यार कौर जी, समुचे परिवार ने उन्हां दी तनदेही नाल मदद की, उन्हां दी हैल्प की, उन्हां दी सेवा की, जो परिवार का फर्ज बनता से उन्होंने अदा किया। सो समुची श्रोमणी अकाली दल ते श्रोमणी गुरुद्वारा प्रबंधक कमेटी की समुची टीम अज उन्होंने सब तो पहला बेनती करांगा, साढ़े बहुत ही सत्कार योग जथेदार कृपाल सिंह जी बडूंगर, सबका प्रधान श्रोमणी गुरुद्वारा प्रबंधक कमेटी, क्योंकि जथेदार जी होरां ने बहुत लंबा समा आपके जीवन पंजाब
ਕੁੰਡੀਆਂ ਦੇ ਸਮੇਂ ਦੀ ਬਹੁਤ ਵਾਰ ਸਾਡੇ ਸਾਹਮਣੋਂ ਬਹੁਤ ਵੱਡੇ ਵੱਡੇ
और फिर 11 मार्च 1992 में गुरुद्वारा श्री गुरु सिंह सभा बार रोड उत्ते सोनी अकाली दल ने यूथ विंग बनाया थी अपने पहला आर इंडिया सिख स्टूडेंट फेडरेशन होंगी थी और उसकी अगुवाई दी थी प्रोफेसर प्रेम सिंह कंपन और मैं इतने करके गवाह करना कि इन्हें नौजवानों ने इन्नी तेजी का संगठन बनाया जो आज नहीं रखी जा सकती और इन्हों अस सारे इन हरियावल दस्ता है जो पास हरियावल दस्ता अगे जाएगा साड़ी जीवन से बिल्कुल बेखौफ बेडर होकर जाके काम करते थे और अकाली दल अंदर गंदी जान को ਪਤਾ ਨਹੀਂ ਹੁੰਦਾ ਬਾਕੀ ਸਦਰਾਂ ਵੀ ਬਹੁਤ ਖੋਲਣਾ ਹੈ ਮੈਂ ਨਾਮ ਸਿੰਘ ਦੇ ਉਹਦੇ ਆਉਣਾ ਅਤੇ ਤੀਸਰਾ ਉਹਦਾ ਟੈਸਟ ਕੇ ਸਾਰੇ ਲੰਮੇ ਸਫ਼ਰ ਵਿੱਚ ਕਦੇ ਨਾਮ ਸਿੰਘ ਹੋਰ ਤੁਸੀਂ ਕਿਸੇ ਨੇ ਮੈਂ ਕਿਸੇ ਸਾਰੀ ਪਾਰਟੀ ਕਦੇ ਇਹ ਸੁਣਿਆ ਕਿ ਇਹਨੇ ਕੋਈ ਮਾੜੀ ਗੱਲ ਕੀਤੀ ਇਹਨੇ ਕੋਈ ਕਰਪਸ਼ਨ ਕੀਤੀ ਇਹਨੇ ਕਿਸੇ ਝੁਗਲੀ ਲਾਈ ਹੈ ਇਹਨੇ ਕਦੇ ਕੋਈ ਝੂਠ ਬੋਲਿਆ ਅਸਲ ਵਿੱਚ ਜੋ ਹੈ ਕਿ ਗੁਰਸਿੱਖ ਹੋਣਾ ਚਾਹੀਦਾ ਇੱਕ ਸੇਵਾ ਦੇਣੀ ਹੈ ਮੈਨੂੰ ਤੁਹਾਡੀ ਬਹੁਤ ਲੋੜ ਹੈ ਅਤੇ ਆਪਣਾ ਉਹਨੂੰ ਸਾਡੇ ਇਲਾਕੇ 'ਚ ਆਓ ਤੁਹਾਡੇ ਭਾਈਚਾਰੇ ਦਾ ਬਹੁਤ ਹਿੱਸਾ ਉੱਤੇ ਵੱਸ ਰਿਹਾ ਅਤੇ ਆਮ ਕਰਕੇ ਸਾਡੇ ਨਾਲ ਉਹ ਨਹੀਂ ਤੁਰਦੇ ਇਸ ਬੰਦੇ ਨੇ ਟਿੱਬਿਆਂ ਜਾ ਕੇ ਇੰਨੀ ਮਿਹਨਤ ਕੀਤੀ ਅਤੇ ਉਹ ਸਾਰਾ ਭਾਈਚਾਰਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲਾਇਆ ਔਰ ਹਰ ਇਲੈਕਸ਼ਨ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ ਨੇ ਬੁਲਾਉਣਾ ਕਿ ਤੁਸੀਂ ਆ ਕੇ ਉੱਥੇ ਸੇਵਾ ਕਰੋ ਪ੍ਰਚਾਰੇ ਵਾਲੇ ਦਾ ਅਫਸਰ ਸਾਹਿਬ ਲੈਣ ਇਸ ਕਰਕੇ ਸ਼ਖਸੀਅਤ ਕਿੰਨੀ ਵੱਡੀ ਹੈ ਕਿ ਜਿਹੜਾ ਆਪਣਾ ਸਾਰਿਆਂ ਦਾ ਸਭ ਤੋਂ ਵੱਡਾ ਸਤਿਕਾਰਯੋਗ ਲੀਡਰ ਹੈ ਉਸਨੇ 20 ਵਾਰ ਮਹਿਸੂਸ ਕੀਤਾ ਕਿ ਇਹ ਬਹੁਤ ਵੱਡੀ ਸ਼ਖਸੀਅਤ ਹੈ ਇਹ ਲੋੜ ਹੈ ਇਹਦੇ ਵਿੱਚ ਅਟਰੈਕਸ਼ਨ ਹੈ ਇਹਦੇ ਵਿੱਚ ਚੁੰਬਕ ਦੀ ਸ਼ਕਤੀ ਹੈ ਕਿ ਆਪਣੇ ਭਾਈਚਾਰੇ ਦੇ ਅੰਦਰ ਇਹ ਕਰਦਾ ਹੈ ਇਸ ਲਈ ਉਹ ਜੈਸੀ ਸ਼ਖਸੀਅਤ ਸੀ ਜਿਹੜੀ ਉਹ ਸਾਡੇ ਪਾਸੋਂ ਚਲੀ ਗਈ ਸੇਵਾ ਦੀ ਤੋੜ ਸਕਣ ਦੂਸਰਾ ਮੈਂ ਬੇਨਤੀ ਕਰਾਂਗਾ ਸਾਰੇ ਜਿੰਨੇ ਸਾਡੇ ਲੀਡਰ ਸਾਹਿਬਾਨ ਬੈਠੇ ਨੇ ਉਹਨਾਂ ਵਿੱਚ ਮੇਰੇ ਨਾਲ ਤੁਰ ਰਹੇ ਉਹਦੇ 'ਚ ਭਾਵੇਂ ਜਾਂ ਬਾਹਰ ਵੱਡੇ ਨੇ ਕਿ ਅਜਿਹੀਆਂ ਸ਼ਕਤੀਆਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਗੁਣ ਨੇ ਉਹ ਗੁਣ ਆਪਾਂ ਨੂੰ ਉਹਨਾਂ ਤੋਂ ਲੈਣੇ ਚਾਹੀਦੇ ਨੇ ਆਪਣਾ ਜੀਵਨ ਉਦਾਂ ਬਣਾ ਕੇ ਪਾਰਟੀ ਉਸ ਤਰ੍ਹਾਂ ਪਾਰਟੀ ਦੇ ਲਈ ਆਪਣੀ ਕਮਿਟਮੈਂਟ ਕਰਕੇ ਉਸਦੇ ਪ੍ਰਤੀ ਚੱਲਣਾ ਚਾਹੀਦਾ ਔਰ ਆਖਰ ਉਹ ਸਹੀ ਵਰਕਰ ਹੈ ਕਿ ਜਿਹੜਾ ਜੋ ਸਤਨ ਸਿੰਘ ਭੱਗੂ ਨੇ ਕਿਹਾ ਇਹ ਪੰਥ ਦੀ ਸਭ ਤੋਂ ਵੱਡੀ ਸ਼ਾਨ ਹੈ ਜਥੇ ਨਾਲ ਜੋ ਕਹਿ ਦਿੱਤਾ ਪੰਥ ਵੀ ਮਾਨ ਦਿੱਤਾ ਅੱਜ ਦੇ ਯੁੱਗ ਵਿੱਚ ਜਥੇਦਾਰ ਆਪਣਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਿ ਇਹਦਾ ਉਹਦਾ ਹੁਕਮ ਆ ਜੇ ਕਿਹਨੂੰ ਚੁਣ ਦੇਵਾਂ ਕਿਹਨੂੰ ਅੱਗੇ ਤੋਰਨਾ ਕਿਹੜਾ ਕਰਨਾ ਉਹਨੂੰ ਸਿਰਮੱਥੇ ਮੰਨ ਕੇ ਆਪਣੇ ਚੋਲੀ 'ਚ ਪਾ ਕੇ ਅਤੇ ਉਹ ਤੁਰਨਾ ਜੇ ਆਪਾਂ ਸਾਰੇ ਬੰਦੇ ਇਸ ਤਰ੍ਹਾਂ ਕਰਕੇ ਕਰਾਂਗੇ ਭਾਵੇਂ ਹੁਣ ਤੁਸੀਂ ਤਾਜ਼ਾ ਦੇਖਿਆ ਇਹ ਕੋਈ ਗੱਲ ਨਹੀਂ ਬਹੁਤ ਵਾਰ ਅਸੀਂ ਦੇਖੇ ਨੇ ਇਹਦਾ ਬਾਜ਼ਾਰ ਬਹੁਤ ਪਸਾਰਾ ਵੇਖਿਆ ਲੇਕਿਨ ਅਕਾਲੀ ਦਲ ਨੇ ਹਮੇਸ਼ਾ ਹਰ ਚੁਣੌਤੀ ਦਾ ਮੂੰਹ ਤੋੜ ਦਾ ਜਵਾਬ ਦਿੱਤਾ ਮੁੜ ਕੇ ਫਿਰ ਆਪਣੀ ਸਭਾ ਨੂੰ ਸਮੇਂ ਬੰਦ ਕਰ ਸਭਾ ਬੰਦ ਕਰਕੇ ਫਿਰ ਮੁੜ ਕੇ ਵੱਲ ਆ ਸ਼ਕਤੀ ਸੇਵਾ ਕਾਬਜ਼ ਹੋਏ ਆ ਔਰ ਪੰਜਾਬ ਦੀ ਸੇਵਾ ਕੀਤੀ ਹੈ ਅੱਗੇ ਵੀ ਪੰਜਾਬ ਤੁਹਾਨੂੰ ਦੇਖਦਾ ਦੇਖਦਾ ਸਰਕਾਰਾਂ ਦਾ ਡੰਡਾ ਖੜਦੇ ਕਰਦਾ ਹੁੰਦਾ ਲੇਕਿਨ ਡੰਡਾ ਬਹੁਤੀ ਦੇਰ ਨਹੀਂ ਚੱਲਦਾ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਤੁਹਾਡੀ ਸੇਵਾ ਤੁਹਾਡਾ ਲੋਕਾਂ ਦੇ ਨਾਲ ਜੋ ਵਿਚਰਨਾ ਹੈਗਾ ਉਹ ਆਪਣੇ ਥਾਂ 'ਤੇ ਉਹਦਾ ਨਾਂ ਹੈ ਇਸ ਲਈ ਮੇਰੀ ਬੇਨਤੀ ਹੈ ਸਾਰੇ ਸਾਹਿਬਾਨ ਨੂੰ ਦੁਆਰਾ ਤੋਂ ਬੈਠੀਏ ਦੁਆਰਾ ਤੋਂ ਦੇਖੀਏ ਜੋ ਜੋ ਵਾਪਰ ਰਿਹਾ ਸਾਰਾ ਉਹ ਆਪਾਂ ਜੋਤ ਵੱਡੀ ਕਰਕੇ ਦੇਖ ਕੇ ਅਗਲਾ ਜਿਹੜਾ ਹੈ ਉਹ ਪੈਂਦਲਾ ਬਣਾਈ ਹੈ ਸ਼ਬਦਾਂ ਦਾ ਮਹਿਰਬਾਨ ਸੱਚੇ ਇਸਲਾਮ ਲਾਭੀ ਜੀ ਨੂੰ ਆਪਣੇ ਦਿਲ ਦੀਆਂ ਕਰ ਰਹੇ ਹਾਂ ਮੇਰੇ ਸ਼ਬਦਾਂ ਦੀ ਸਤਿਕਾਰ ਭੇਟ ਕਰਦੇ ਹਾਂ ਅਰਦਾਸ ਕਰਦੇ ਹਾਂ ਪਾਤਸ਼ਾਹ ਫਿਰ ਵੀ ਆਪਣੇ ਫਰਮਾਇਆ ਗੁਣ ਅਵਗੁਣ ਹੈ ਸਭ ਵਿਖੇ ਮੁਲਾਂਕਣ ਹੋਏ ਜੇ ਉਹਨਾਂ ਕੋਲ ਜਾਣੇ ਨਵੇਂ ਆਪਦੇ ਭਾਣੇ ਦੇ ਵਿੱਚ ਕੋਈ ਕੁਛ ਐਸਾ ਹੋ ਗਿਆ ਹੋਵੇ
संगत की अरदास है कि उन्होंने बख्श के अपने कमरा का परिवार बख्श करना और परिवार जोड़ा है पाणा कहने की गल हर बंदा कहे जा बाकी भी कहे पर जिन्हें पाणा मन के दुनिया की इतिहास सिरजिया गुरु अर्जन देव पातशाह ने और गुरु अर्जन देव पातशाह जिन्हें ही फरवाया कह कहावन तेरा बिकल पावना कहना बड़ा सौखा है कि पाणा मन लो मैंने बड़ा बिकल करना है बड़ा औखा करना पाणा मनना फिर भी अपने अरदास है कि परिवार में पाणा मन रहा पक्षे और इस परिवार मुड़ के फिर उस तरह की शक्ति उस खुशियां केड़े आन ये सारे की अरदास है वाहगुरु जी का खालसा वाहगुरू जी की वाहगुरु जी की फतेह। अज आप सारे ही जिन्हें भी साख संबंधी रिश्तेदार जिला पटियाला की लीडरशिप बख बख पार्टियां तो साडे पिता जी जिन्होंने कि पंजाब की पूरी सेवा की है सिर्फ मैं एक मिनट ही बोलना क्योंकि बोलने वाले साढ़े को बहुत वधिया साढ़े जिन्हों का प्यार जी बापू जी का सारे ही बैठे ने। सो एक बेनती जरूर है कि आपां अपने भाईचारे नूं अते सारे ही संगत को अपनी सच्ची श्रद्धांजलि यही आ कि 10 मिनट 20 मिनट घंटा आप गुरु की हजूरी के भी बैठे हाँ आप 10 मिनट अपना चुपता दान बख्शो जो अपन बडोंगर साहब ने जीवनी बारे दस के गए हैं सब नूं पता है कि उन्होंने कितनी अपनी लगन के नाल मेहनत के नाल सानू परिवार वालों दसण की कोई लोड़ नहीं सब नूं ही पता है। सो जिन्नी उन्होंने मेहनत की है अपने एक गरीब परिवार के किसान होने के नाते अपनी मेहनत करके अगे सानू भी अपने बच्चों यही दस के गए हैं कि तुसी पूरी मेहनत नाल पूरी कमाई के नाल पार्टी के अपनी जथेबंदी के अपने भाईचारे मेहनत नाल चलना है क्योंकि उन्होंने देन यही है सच्ची जो आपां भी सारी संगत अज उन्होंने भोग के विशेष से आए हाँ कि आप जुड़ बैठ के गुरु महाराज के हजूरी के बैठे हाँ सतनाम वाहिगुरु सिमरन करिए चुप बैठ के 10 मिनट आप जो आई है संगत उन्होंने विचार उन्होंने नाल जो बिखरे हैं वो अपने नाल जो सच्चे मन बिखरे हैं उन्होंने कमाई दस रहे हैं आप 10 मिनट सुन लो 10 मिनट के ही आप 10 मिनट 20 मिनट लग जाएंगे तो सारी संगत के चरणों बेनती है कि 10 मिनट बीबिया के चरणों खास बेनती है कि तुम 10 मिनट चुप चाप विचार सुनो वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। ये सन सरदार रणधीर सिंह जी देवी नगर जो जथेदार जी के बड़े सपुत्र जेडे हमेशा दुनियावी सेवा दे विच जथेदार जी के नाल हाथ भी बटाते रहे ते अगों भी इन्होंने ये सेवा निरंतर जारी रखनी है अपील भी करके गए मेरी बेनती भी है सारिया भैणों मातावान चुपता दान बख्शो साढ़े दरम्यान बहुत सारे आगू शब्द के सत्कार भेट कर ले बैठे ने मैं बेनती करांगा सरदार रणधीर सिंह जी रखड़ा जो सबका चेयरमैन ने साढ़े सीनियर अकाली आगू वो भी आके 2 मिनट वास्ते मैं बेनती करांगा सारे बुलारे क्योंकि बुलारे बहुत ने 2-2 मिनट वास्ते अपनी शब्द के सत्कार भेट करके हाजिरी लवाउण सरदार रणधीर सिंह जी समागम सरदार चरणजीत सिंह जी रखड़ा वाले साढ़े बहुत सत्कारयोग वो भी बैठे ने सरदार इंद्र मोहन सिंह जी बजाज जिला अकाली जथा पटियाला सरदार सतबीर सिंह जी खटड़ा हलका इंचार्ज सरदार निर्मल सिंह जी हरियाऊ मैंबर IGPC सरदार सुरिंदर सिंह जी सभरवाल मैंबर IGPC सरदार जसमेर सिंह जी लाछड़ू मैंबर IGPC सरदार अमरजीत सिंह जी पंथर पांजरथ ये समागम के सारे हाजिर ने इन्हों तो सारे तो मैं माफ़ी मांगदा तो बेनती करदा सरदार रणधीर सिंह जी रखड़ा पावन पितर साहब श्री गुरु ग्रंथ साहब महाराज जी गोल विश्वगत गुरु साहब संगत जी सब तो पहला फतेह करना वाहेगुरु जी का खालसा श्री वाहेगुरु फतेह कलेरा नानका सदैव जय महापुरख साहब जो जीव संसार से आता है अपनी संसार यात्रा पूरी करके संसार चले आता है मरण लिखाए मटन में आए क्या जो कोई प्राणी पैदा होता है तो पैदा होने नाल ही अपनी मौत लिखा के लिया है जो समा स्थान के कारण बन जाता है तो प्राणी की मौत हो जाती है। मेरे तो पहला प्रोफेसर कृपाल सिंह बडोंगर साहब
बहुत विस्तार पूर्वक इस परिवार बारे भी और सरदार नाम सिंह जी देवीनगर जेडे किसी नाम की शख्सियत तो कोई अनजान नहीं सी क्योंकि समुचा इलाका समुचा पंजाब उन्होंने नाम तो जाणू सी जी की सेवा बारे गुरुकर साहब दस रहे सी सकत्तर साहब दस रहे सी कि शुरू तो लेके उन्होंने श्रोमणी अकाली दल जाके उन्हें सेवा की और अपने भाईचारे को श्रोमणी अकाली दल नाल जोड़िया और अपने भाईचारे लिए जो श्रोमणी अकाली दल की सरकार तो और सरदार प्रकाश सिंह जी बादल तो वो सेवा रही जो शायद कोई व्यक्ति ले सकता सी उसकी सेवा को भुलना और सर प्रकाश सिंह बादल ने भी मैं समझदा गुरुकर साहब बैठे ने कदे बिना मंगे लाभ सिंह कदम कोई मंग नहीं सी की परंतु सर प्रकाश सिंह बादल ने जो भी कदम सरकार आई तो वह कदे हक नहीं रखा भावें प्लैनिंग बोर्ड का मैंबर रहा हो भावें उस पिंड का सरपंच रहा हो भावें ग्राम समिति का मैंबर रहा हो और भावें उदौर पंजाब के चेयरमैन ही उन्हें दो बारी सेवा की हो श्रोमणी गुरुद्वारा प्रबंधक कमेटी मैंबर की चोन लड़ी हो मैंबर बन के सेवा की हो और उस तो भी अगे सर नाथ सिंह देवीनगर ने अगे अपने धिया पुत्रों भी उही मार्ग के चलने का संदेश देते हुए उन्होंने हूँ हर पुत्र हमने बोल के गए सर रणजीत सिंह जी देवीनगर ये ब्लाक सभा मैंबर भी रहे और गुरुकर साहब दस रहे थे कि अज के समय में बढ़ती अग समय जो कांग्रेस पार्टी धक्के के डंडे के राज चोणा जित के रह गई है ये डंडे के राज भी जिला परिषद टिकाणा की चोन डट के सर रणजीत सिंह देवीनगर ने लड़ी है ये सेवा है सर नाथ सिंह जी जी भराया नहीं जा सकता सब बहुत समय लगता है क्योंकि अज के समागम सर सुरजीत सिंह रखड़ा सबका मंत्री पंजाब सरकार उन्होंने आना सी परंतु कोर कमेटी मीटिंग होने करके वो पिंड बदल गए हुए हैं सवेर के उन्होंने मैं विशेष तौर पर कहा कि तुम दो मिनट बोल के आयो सर चरणजीत सिंह रखड़ा छोटे प्राम के बैठे ने वो हाजिर लगा रहे हैं मैं उन्होंने वालों भी और समुचे रखड़ा प्रभाव वालों शब्द स्तर पेट करके जमा जा सकता बहुत बहुत धन्यवाद वैरिंग खालसा वैरिंग फतेह सुखबीर सिंह जी अबलोवाल सरदार नरदेव सिंह जी आकड़ी सरदार भुपिंदर सिंह जी टकाला मलकीत सिंह जी टकाला सरदार लखबीर सिंह जी लाहौर सरदार रणजीत सिंह जी राणा राजपुरा ते बाजीगर फ्रंट भाईचारे तो सेवा दल तो सारे ही आगू साहबान इस समागम के हाजिर ने सब तो माफ़ी मंगता सरदार बूटा सिंह जी शादीपुर सब तो माफ़ी विराजमान गुरु साहब सिंह जी सब तो पहला गुरु जी बख्शेगर फतेह की सर करिए वाहेगुरू जी का खालसा वाहेगुरू जी की फतेह वैसे तो माननीय प्रोफेसर कृपाल सिंह जी बडूंगर साहब ने जो अपनी गल कर ली हो कुदरती रूप में उन्होंने दादा उन्होंने शख्सियत के अगे और कोई भी बुलारा उसको बढ़ के गल नहीं कर सकता पर उन्होंने आप ही कहा कि मैं पहला बोल के उन्होंने शख्सियत बारे विस्तार पूर्वक गल आ जी संगत के सामने रखना चाहना सरदार लाभ सिंह जी देवीनगर साहब का जीवन मैं कह सकता लिंग संघर्षा के रूप में संघर्षा के रंग में रंगी हुई उन्होंने शख्सियत अज की साड़ी योगी जवानी उगरी पनीरी खास तौर के उत्ते राजनीतिक समाजिक सभा में कम करने वाले साडे लोग बहुत वड्डी प्रेरणा उन्होंने शख्सियत तो लै सकते हैं कि किवें कुंडियां ने सफर शुरू करके राजनीतिक गलियारियां तक अपनी पैंठ अपना मान ते अपना सत्कार जिन्हें उन्होंने बनाया वो अपने आप में एक मिसाली है ते फिर खालसा पंथ की महान संस्था श्रोमणी गुरुद्वारा प्रबंधक कमेटी के विच बतौर मैंबर जो उन्होंने सेवावान निभाइया वो भी मैं समझदा परिवार लई ते साडे सारयां लई बहुत वड्डे मान ते गर्व वाली गल सरदार लाभ सिंह देवीनगर नाल निजी रूप में मैं कह सकता भी एक रिश्तेदारी के रूप में साडा परिवारक संबंध रहा क्योंकि साडे पिंडां वल विआहे हो करके हमेशा ही परिवार नाल एक रिश्तेदारी के संबंधां वांग विचरे निजी तौर पर बहुत नेड़े होकर उन्होंने मिलन का जाचन का सीखण का उन्होंने मौका मिले बहुत वड्डे माण वाली गल है जी ज्ञान साहब गल करके गए कि सरदार लाभ सिंह देवीनगर में बहुत वड्डी जिम्मेवारी जी उस समय दिती तो उस जिम्मेवारी जो खरे उतरे तो विमुक्त जातियां बाजीगर भाईचारे की अपने लोगों
ਇਹ ਜਿਹੜੀਆਂ ਲੰਬੇ ਸਮੇਂ ਦੀਆਂ ਮੰਗਾਂ ਸੀ ਉਹਨਾਂ ਨੂੰ ਜੇ ਆਵਾਜ਼ ਮਿਲੀ ਤੇ ਉਹਨਾਂ ਮੰਗਾਂ ਦਾ ਜੇ ਹੱਲ ਹੋਇਆ ਜਾਂ ਉਸ ਪਾਸੇ ਨੂੰ ਤੁਰੀਆਂ ਤਾਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਮੈਂ ਕਹਿ ਸਕਦਾ ਕੋਈ ਕਤਾਹੀ ਨਹੀਂ ਕਰੂੰਗਾ ਵੀ ਸ਼ਾਇਦ ਸਭ ਤੋਂ ਵੱਡਾ ਯੋਗਦਾਨ ਸ੍ਰੀ ਲਾਭ ਸਿੰਘ ਦੇਵੀਨਗਰ ਦਾ ਸੀ ਜਿਹਨਾਂ ਨੇ ਜਥੇਬੰਦ ਕੀਤਾ ਭਾਈਚਾਰੇ ਨੂੰ ਜਿੱਥੇ ਉੱਥੇ ਉਹਨਾਂ ਦੀਆਂ ਮੰਗਾਂ ਨੂੰ ਇੱਕ ਮੰਚ ਤੇ ਇੱਕ ਪਲੈਟਫਾਰਮ ਤੇ ਲਿਆ ਕੇ ਖੜਾ ਕੀਤਾ ਤੇ ਇਹ ਆਪਣੇ ਆਪ 'ਚ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇੱਕ ਮਿਸਾਲ ਆ ਕਿ ਸੇਵਾ ਨੂੰ ਲੱਗਦੇ ਮੇਵੇ ਕਰਕੇ ਕੋਈ ਵੇਖ ਲਓ ਕਿ ਸਰਦਾਰ ਲਾਭ ਸਿੰਘ ਦੇਵੀਨਗਰ ਨੇ ਆਪਣੇ ਜੀਵਨ ਦੇ ਵਿੱਚ ਜੋ ਪ੍ਰਾਪਤ ਕੀਤਾ ਉਹ ਆਪਣੀ ਮਿਹਨਤ ਲਗਨ ਤੇ ਦ੍ਰਿੜ ਇਰਾਦਿਆਂ ਦੀ ਬਦੌਲਤ ਪ੍ਰਾਪਤ ਕੀਤਾ ਸੋ ਅੱਜ ਐਸੀ ਸ਼ਖਸੀਅਤ ਦਾ ਤੁਰ ਜਾਣਾ ਜਿੱਥੇ ਸਾਡੇ ਸਾਰਿਆਂ ਲਈ ਪਾਰਟੀ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਬਹੁਤ ਵੱਡਾ ਘਾਟਾ ਉੱਥੇ ਸਾਡੇ ਸਮਾਜ ਲਈ ਵੀ ਇੱਕ ਬਹੁਤ ਵੱਡਾ ਘਾਟਾ ਪਰ ਸਤਿਗੁਰੂ ਆਪਾਂ ਇਸ ਗੱਲ ਤੋਂ ਹੋ ਸਕਦੇ ਹਾਂ ਕਿ ਜਿਹੜੀ ਸੋਚ ਸੇਵਾ ਦੀ ਜਿਹੜੀ ਲਗਨ ਉਹਨਾਂ ਦੇ ਵਿੱਚ ਸੀ ਉਹੀ ਜਾਣ ਜੋ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ ਉਹਨਾਂ ਦੇ ਸਪੁੱਤਰ ਸਰਦਾਰ ਰਣਧੀਰ ਸਿੰਘ ਹੋਣੀ ਸਰਦਾਰ ਸਰਨ ਸਿੰਘ ਹੋਣੀ ਸਰਦਾਰ ਅਮਰਿੰਦਰ ਸਿੰਘ ਹੋਣੀ ਆਪਣੇ ਆਪਣੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਨੇ ਖਾਸ ਤੌਰ ਦੇ ਉੱਤੇ ਰਾਜਨੀਤਿਕ ਦਾ ਨਾਂ ਰੱਖਦੇ ਨੇ ਸਤਿਕਾਰ ਰੱਖਦੇ ਨੇ ਮੈਂ ਨਿੱਜੀ ਰੂਪ ਵਿੱਚ ਪ੍ਰੋਫੈਸਰ ਗੁਰਪਾਲ ਸਿੰਘ ਜੀ ਬਰੁੰਗਰ ਸਾਹਿਬ ਨੇ ਜੋ ਸੁਝਾਅ ਦਿੱਤਾ ਉਹਨਾਂ ਨੇ ਜੋ ਹੁਕਮ ਵੀ ਦਿੱਤਾ ਅਤੇ ਰਾਏ ਵੀ ਆ ਸਾਰੇ ਸੱਜਣ ਬੈਠੇ ਨੇ ਸਾਡੀ ਪਾਰਟੀ ਦੀ ਲੀਡਰਸ਼ਿਪ ਬੈਠੀ ਆ ਨੇ ਸਰਦਾਰ ਲਾਭ ਸਿੰਘ ਦੇਵੀਨਗਰ ਦੀ ਸ਼ਖਸੀਅਤ ਦੀ ਕੜੀ ਨੂੰ ਵੈਸੇ ਉਹਨਾਂ ਦੀ ਟੀਮ ਦਿਆਲ ਸਾਹਿਬ ਹੋਣੀ ਸਾਰੇ ਜਥੇ ਦੇ ਮੈਂਬਰ ਇੱਥੇ ਬੈਠੇ ਨੇ ਆਪਣੇ ਸਮੇਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜਾ ਨਿਭਾਜੂਗੀ ਉੱਥੇ ਬੀਬੀ ਪਿਆਰ ਕੌਰ ਜੀ ਨੂੰ ਜਿਹੜੇ ਰਿਸ਼ਤੇ ਵਿੱਚ ਮੈਂ ਕਹਿ ਸਕਦਾ ਹਮੇਸ਼ਾ ਭੂਆ ਜੀ ਕਹਿ ਕੇ ਉਹਨਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਵੀ ਇਸਤਰੀ ਅਕਾਲੀ ਦਲ ਦੀਆਂ ਸਭਾ ਦੇ ਵਿੱਚ ਕਿਉਂਕਿ ਸਰਦਾਰ ਲਾਭ ਸਿੰਘ ਦੇਵੀਨਗਰ ਦੇ ਸੰਘਰਸ਼ਾਂ ਦੇ ਵਿੱਚ ਬੀਬੀ ਜੀ ਦਾ ਵੀ ਇੱਕ ਬਹੁਤ ਵੱਡਾ ਅਹਿਮ ਯੋਗਦਾਨ ਰਿਹਾ ਉਹਨਾਂ ਨੇ ਪਰਿਵਾਰ ਸਾਂਭਿਆ ਘਰ ਸਾਂਭਿਆ ਅਤੇ ਉਹਨਾਂ ਦੇ ਨਾਲ ਚੱਲ ਕੇ ਜਿਹੜੀ ਹੈਗੀ ਆ ਸੇਵਾਵਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਉਹਨਾਂ ਨੂੰ ਵੀ ਇਸ ਤਰੀਕਾ ਮਿਲ ਦੀ ਜਥੇਬੰਦੀ ਵਿੱਚ ਗੁਰੂਗੜ ਸਾਹਿਬ ਵੱਲੋਂ ਵੀ ਹੁਕਮ ਹੋਇਆ ਕਿ ਬੰਦਾ ਮਾਣ ਸਤਿਕਾਰ ਦੇ ਕੇ ਤਾਂ ਕਿ ਉਸ ਸੇਵਾ ਦੀ ਕੜੀ ਨੂੰ ਪਰਿਵਾਰ ਦੇ ਮਾਣ ਸਤਿਕਾਰ ਨੂੰ ਉਸੇ ਤਰੀਕੇ ਨਾਲ ਬਰਕਰਾਰ ਰੱਖਿਆ ਜਾ ਸਕੇ ਤਾਂ ਕਿ ਭਾਈਚਾਰੇ ਦੀਆਂ ਵੀ ਆਪਣੇ ਇਲਾਕੇ ਦੀਆਂ ਵੀ ਗਰੀਬ ਦਾੜੇ ਹੋਏ ਲੋਕਾਂ ਦੀਆਂ ਮੰਗਾਂ ਨੇ ਜਿਹੜੀਆਂ ਉਸੇ ਮੰਚ 'ਤੇ ਉਸੇ ਲਹਿਜੇ 'ਤੇ ਉਸੇ ਜਜ਼ਬੇ ਦੇ ਨਾਲ ਇਹ ਕਰਦੇ ਰਹਿਣ ਮੈਂ ਇੱਕ ਵਾਰੀ ਆਪਣੇ ਵੱਲੋਂ ਵੀ ਆਪਣੇ ਮਾਨਯੋਗ ਪਿਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹਿਰਾ ਸਾਹਿਬ ਵੱਲੋਂ ਵੀ ਕਿਉਂਕਿ ਉਹਨਾਂ ਦੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਹਮੇਸ਼ਾ ਹੀ ਸਰਦਾਰ ਲਾਭ ਸਿੰਘ ਦੇਵੀਨਗਰ ਇੱਕ ਪਰਿਵਾਰਕ ਮੈਂਬਰ ਦੇ ਰੂਪ ਵਿੱਚ ਵਿਚਰਦੇ ਰਹੇ ਅਤੇ ਆਪਣੇ ਇਲਾਕੇ ਹਲਕਾ ਸਲੌਰ ਜਿਹੜਾ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਹਿੱਸਾ ਸੀਗਾ ਉੱਥੋਂ ਦੇ ਲੋਕਾਂ ਵੱਲੋਂ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵੱਲੋਂ ਵੀ ਸਿਰ ਝੁਕਾ ਕੇ ਸਰਦਾਰ ਲਾਭ ਸਿੰਘ ਦੇਵੀਨਗਰ ਨੂੰ ਆਪਣੀ ਸ਼ਰਧਾ ਆਪਣਾ ਸਤਿਕਾਰ ਭੇਟ ਕਰਦਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੋ ਸੇਵਾ ਦੀਆਂ ਲੀਹਾਂ ਸੇਵਾ ਦੀ ਕੰਧ ਉਹ ਸਾਡੇ ਲਈ ਛੱਡ ਕੇ ਗਏ ਨੇ ਜਿੱਥੇ ਪਰਿਵਾਰ ਉਸ ਮਾਣ ਅਤੇ ਸਤਿਕਾਰ ਦੇ ਸਮਾਜ ਨੂੰ ਸਾਂਭ ਸਕੇ ਉੱਥੇ ਸਾਡੇ ਵਰਗੇ ਨੌਜਵਾਨ ਉਹਨਾਂ ਲੀਹਾਂ 'ਤੇ ਚੱਲ ਕੇ ਆਪਣੇ ਅਮੀਰ ਵਿਰਸੇ ਅਤੇ ਵਿਰਾਸਤ ਨੂੰ ਸਾਂਭ ਸਕਣ ਬਹੁਤ ਬਹੁਤ ਧੰਨਵਾਦ ਪ੍ਰਤਕਾਰੀ ਰਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਗਤੀ ਦੀ ਰਸਮ ਹੋਏਗੀ ਪਹਿਲਾਂ ਜਥੇਦਾਰ ਹਰਪਾਲ ਸਿੰਘ ਜੀ ਜੱਲਾ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਸ਼ਬਦ ਗੁਰੂ ਸਵਰ ਸ਼ਤਰ ਤਖ ਦੀ ਮਾਲਕ ਗੁਰਦਾ ਗੱਦੀ ਜੀ ਬਿਰਾਜਮਾਨ ਸਰਵੇ ਕੈਨਾਤ ਪ੍ਰਤੱਖ ਗੁਰੂ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਆਪਣੇ ਸਾਰਿਆਂ ਦੀ ਹਰਮਨ ਪਿਆਰੀ ਜਥੇਦਾਰ ਲਾਭ ਸਿੰਘ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਅਨਮੋਲ ਵਚਨ ਗਰੀਬ ਨਿਵਾਜ ਮਹਾਰਾਜ ਜੀਆਂ ਦੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹਨ ਜਦੋਂ ਅਚਿੰਤੇ ਵਾਜ ਪਏ ਵਾਜ ਪਏ ਤਿਸ ਰੱਬ ਦੀ ਕੇਲਾ ਵਿਸਰੀਆ ਜੋ ਮਨ ਚੇਤਨਾ ਚੇਤੇ ਸੰਗ ਸੰਗਾਲੀ ਰੱਬ ਕੀਆ ਜੋ ਦਿਨ ਆਵ ਹੈ ਸੋ ਦਿਨ ਜਾਈ ਕਰਨਾ ਕੂਚ ਰਹਿਣ ਥਿਰ ਨਾਹੀ ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਬਾਰ ਜਿਉਂ ਬਣ ਫਲ ਪਾਕੇ ਭੋਏ ਗਿਰੈ ਬਹੁ ਨਾ ਲਾਗੈ ਡਾਰ ਜੈਸੇ ਚਲਤੀ ਬੁਧ ਦਾ ਉਪਜੈ ਬਿਨਸੈ ਨੀਤ
जग रचना तैसी रची कहो नानक सुनमी फरीदा खिंतन मीखा अगलिया जिंद नकाई में वारी आपू अपनी चली मशायक शेख फरीदा दोही दीवी बुलंदिया मलक रहठा आई गढ़ लीता कट लुटिया दीवड़े गया बजाई गुरु साहबान भगत साहबान जी की अनमोल वचन साहब श्री गुरु ग्रंथ साहब जी की पावन पवित्र वचन जड़े ने उन्होंने राही भाई साहब है कि जो आया सो चल सी सब कोई आई वारी है इसी विधि विधान को अपनाते हैं जथेदार जी संसार के सवासा रूपी पूंजी को लेके आए उसनों वसर करद संपूर्ण होने परिवार को सके संबंधियों आप सारियां विछोड़ा दे के अलविदा आके चले गए ने जिन्हों के दोबारा उस शरीर के राही दर्शन हो सकने सो उन्हां दियां जो महान कालना है परिवार की जथेदार जी की उसके बारे बहुत विस्तार के नाल जिक्र मेरे तो पहला सत्कार जो बुलारिया ने किया है मैं ये गल दसना चाहता हाँ कि जिस परिवार के जथेदार जी का शरीर तौर पर आना होया इन्हां परिवारों की जो त्रासदी है जिहड़ी अज तो इन्होंने लम्मा समा सफर करदिआं तय कीती है गरीबी दियां सफां दे विच जीवन बसर करना मेहनत मशक्कत करनी दिहाड़ी इतादिक करके मजदूरी करके अपने परिवार नूं ते पालना ही है उस नूं समें दा हाणी बनाउण दे लई विशेष यतन करने अते विलखण गल इह कि पंथक जमात दे विच उन्हां दा सफर जिहड़ा सी वसर होना यह भी एक अपने आप दे विच बहुत वड्डी गल है अते इस तों वी अगे इन्हां जिहड़े परिवार ने बाजीगर भाईचारा जिहड़ा है इन्हां दे विच दो श्रेणियां जिहड़ियां ने वख-वख भागां दे विच जिवें आपां कह दिंदे आ इक बोली जिहड़े बिल्कुल अपनी पंजाब जिवें आपां बोलदे आ इस तरां दी है एक इन्हों की बोली विलखण है जी पाकिस्तान तो जोड़ा भाईचारा उन्होंने तो इस सारे सिस्टम के अद्धे गरीब परिवारों के एक श्रोमणी गुरद्वारा प्रबंधक कमेटी का मैंबर बन जाना उस निरंतर गुरमत के धारनी हो के गुरु के आशे के अनुसार जीवन बसर करना परिवार को उन्हां लीहां दे तोरना एक बहुत वड्डी गुरु की बख्शिश इस परिवार की रही श्रोमणी अकाली दल श्रोमणी गुरद्वारा प्रबंधक कमेटी की समुची लीडरशिप समय समय से जिसने हमेशा सरबत के भले की गल की ऊंच नीच जात पात नूं ना कोई पहल दिंदिया गरीब लोगों को बड़ा अपने सीने के नाल ला के तरह का जतन करते रहे ने जिथे उन्होंने श्रोमणी अकाली दल ने बहुत वड्डा माण अते सत्कार दिता मैनू याद है जदों श्रोमणी अकाली दल की सरकार सी शाम के वेले मैं भी पंथ रत्न श्रीमान प्रकाश सिंह जी बादल साहब उन्होंने मिलने के लिए गया ये जो अंदर वड़े इन्होंने बादल साहब को उन्होंने कोले नूं होके गल आखी कि बादल साहब मेरी उम्र बहुत हो गई है मैं गरीबी परिवार के रह के तुहाडे नाल लंबा समा सफर तय किया है जे तुसीं कृपा करो कोई थोड़ा बहुत दे माण देना चाहिए उस वेले बादल साहब ने उन्होंने जोड़े विशेष सकत्र सन बराड़ साहब बुला के कहा भी कल न ही इन्होंने ऑर्डर ने जोड़े स्टेट लैवल के चेयरमैन के कर दिए जाने तो इन्हों सारिया सुख सहूलत भी खुद प्रदान कर दिखाई जा श्रोमी गुरद्वारा प्रबंधक कमेटी के अंदर इन्होंने इन्हों टिकट दी गई इन्होंने सेवा बाखूबी निभाई बहुत समय से हर मौके पर कद भी कोई बाई इलैक्शन होलाके जिले दलैक्शन हो अपने अपने खिते के अंदर इन्होंने बहुत जो ड्यूटी पार्टी ने निभाई उस बाखूबी निभाया मैं उन्होंने श्रोमणी अकाली दल प्रति पंथक जवाब ने
ਅਤੇ ਰਾਜਨੀਤਿਕ ਖੇਤਰ ਦੇ ਵਿੱਚ ਉਹਨਾਂ ਦੀਆਂ ਜੋ ਸੇਵਾਵਾਂ ਉਹਨਾਂ ਨੇ ਨਿਭਾਈਆਂ ਨੇ, ਮੈਂ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਬਹੁਤ ਰਿਣੀ ਹਾਂ ਅਤੇ ਸਾਰਾ ਜਿਹੜਾ ਇਲਾਕਾ ਨਹੀਂ ਸਾਰਾ ਕੰਧ ਉਹਨਾਂ ਦੀਆਂ ਇਹ ਸੇਵਾਵਾਂ ਤੋਂ ਹਮੇਸ਼ਾ ਜਿਹੜਾ ਹੈ ਸੁਰਜਤ ਦੀ ਅਗਵਾਈ ਵੀ ਲੈਂਦਾ ਰਹੇਗਾ। ਅੱਜ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਹੋਰਾਂ ਨੇ ਆਉਣਾ ਸੀ, ਉਹ ਕੋਰ ਕਮੇਟੀ ਦੀ ਮੀਟਿੰਗ ਹੋਣ ਕਰਕੇ ਇਹਦੇ ਵਿੱਚ ਨਹੀਂ ਆ ਸਕੇ, ਕਿਸੇ ਦਿਨ ਫਿਰ ਪਰਿਵਾਰ ਦੇ ਨਾਲ ਕੁਝ ਸਾਂਝਾ ਕਰਕੇ ਜਾਣਗੇ। ਅਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਕਿਉਂਕਿ ਇਹ ਉੱਚ ਸੰਸਥਾ ਜਿਹੜੀ ਹੈ ਸਿੱਖਾਂ ਦੀ ਸੁਪਰੀਮ ਸੰਸਥਾ, ਉਹਦੇ ਮੈਂਬਰ ਸਨ, ਇਹਨਾਂ ਦੀ ਜਿਹੜੀ ਫੋਟੋ ਆ ਉਹ ਸਿੱਖ ਅਜਾਇਬ ਘਰ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਲਗਾ ਦਿੱਤੀ ਜਾਵੇਗੀ। ਅਤੇ ਪਰਿਵਾਰ ਦੇ ਨਾਲ ਹਮੇਸ਼ਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ, ਜਿਵੇਂ ਕਾਕਾ ਹਰਿੰਦਰਪਾਲ ਸਿੰਘ ਜੀ ਕਰਕੇ ਗਏ ਨੇ MLA ਸਾਹਿਬ ਗੱਲ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਜਿਹੜਾ ਪ੍ਰਸ਼ਾਸਨਿਕ ਅਤੇ ਹੋਰ ਸਾਰੀ ਜਿੰਨੀ ਸਾਡੀ ਜਥੇਬੰਦੀ ਹੈ ਇਹਨਾਂ ਦੇ ਨਾਲ ਪਰਿਵਾਰ ਨਾਲ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਖੜ੍ਹਦੀ ਰਹੇਗੀ। ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਹਰਿੰਦਰਪਾਲ ਸਿੰਘ ਜੀ MLA ਸਾਹਿਬ ਬੋਲ ਕੇ ਗਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪੂਰਾ ਪਰਿਵਾਰ ਜਿਹੜਾ ਹੈ ਪੰਥਕ ਸਭਾ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ, ਉਸ ਪਰਿਵਾਰ ਦੇ ਵੱਲੋਂ ਸਮੁੱਚੀ ਸੰਗਤ ਜਿਹੜੀ ਇਸ ਸਮਾਗਮ ਦੇ ਮੌਕੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਇਜ਼ਹਾਰ ਹੋਣ ਦੇ ਲਈ ਸ਼ਾਮਲ ਹੋਣ ਦੇ ਲਈ ਆਈ ਹੈ, ਮੈਂ ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਪ੍ਰਤਾਨਪੂਰਨ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਾਮਲ ਹੋਣ ਜੀ ਧੰਨਵਾਦ। ਦੇਰ ਵਾਸਤੇ ਕਿ ਸਭ ਨੇ ਦੇਰ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ, ਉਪਰੰਤ ਗੁਰੂ ਦਾ ਲੰਗਰ ਤਿਆਰ ਹੈ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਪਾਲ ਸਿੰਘ